ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅਤੇ ਅੱਜ ਹੈ 31 ਅਕਤੂਬਰ 2023 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 31 ਅਕਤੂਬਰ 2023 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਤੇ ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਮੇਰਾ ਯੁਵਾ ਭਾਰਤ ਜਥੇਬੰਦੀ ਦੀ ਸਥਾਪਨਾ ਦਾ ਐਲਾਨ ਕਿਸ ਨੇ ਕੀਤਾ ਹੈ ਹਾਂਜੀ ਮੇਰਾ ਯੁਵਾ ਭਾਰਤ ਜਥੇਬੰਦੀ ਦੀ ਸਥਾਪਨਾ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੀਤਾ ਆਪਸ਼ਨ B ਇਸ ਆ ਰਾਈਟ ਆਂਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 31 ਅਕਤੂਬਰ ਨੂੰ ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਦੀ ਜਨਮ ਦਿਨ ਮੌਕੇ ਮੇਰਾ ਯੁਵਾ ਭਾਰਤ ਨਾਮ ਦੀ ਜੱਥੇਬੰਦੀ ਦੀ ਨੀਂਹ ਰੱਖਣ ਦਾ ਐਲਾਨ ਕੀਤਾ ਜੋ ਰਾਸ਼ਟਰ ਉਸਾਰੀ ਨਾਲ ਜੁੜੀਆਂ ਵੱਖ-ਵੱਖ ਯੋਜਨਾਵਾਂ ਵਿੱਚ ਦੇਸ਼ ਦੇ ਨੌਜਵਾਨਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਦੇ ਮੌਕਾ ਦੇਵੇਗੀ ਇਹ ਯੋਜਨਾ ਦੇ ਵਿੱਚ ਠੀਕ ਹੈ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਭਾਰਤ ਵਿੱਚ ਆਈਫੋਨ ਦਾ ਉਤਪਾਦਨ ਕੌਣ ਸ਼ੁਰੂ ਕਰਨ ਜਾ ਰਿਹਾ ਹੈ ਹਾਂਜੀ ਵੈਰੀ ਇੰਪੋਰਟੈਂਟ ਭਾਰਤ ਦੇ ਵਿੱਚ ਆਈਫੋਨ ਦਾ ਉਤਪਾਦਨ ਕਰਨ ਜਾ ਰਹੇ ਆ ਟਾਟਾ ਸਮੂਹ ਜਾਂ ਟਾਟਾ ਗਰੁੱਪ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਦੇਖੋ ਤਾਈਵਾਨ ਦੀ ਇੱਕ ਇਲੈਕਟ੍ਰੋਨਿਕਸ ਕੰਪਨੀ ਆ ਜਿਸ ਦਾ ਨਾਮ ਆ ਵਿਸਟਰਨ ਇਹ ਇਲੈਕਟ੍ਰੋਨਿਕਸ ਪਾਰਟ ਬਣਾਉਂਦੀ ਆ ਮੋਸਟਲੀ ਆਈਫੋਨ ਦੇ ਪਾਰਟ ਬਣਾਉਂਦੀ ਆ ਇਸ ਨੇ ਭਾਰਤ ਦੀ ਮੈਨੂਫੈਕਚਰਿੰਗ ਦੀ ਇਕਾਈ ਟਾਟਾ ਨੂੰ ਵੇਚਣ ਦਾ ਡਿਸੀਜਨ ਲਿਆ ਵਾ ਜਾਨੀ ਜਾਣੇ ਕਿ ਪਾਕ ਦੇ ਵਿੱਚ ਹੁਣ ਆਈਫੋਨ ਦਾ ਉਤਪਾਦਨ ਟਾਟਾ ਗਰੁੱਪ ਕਰੇਗਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਸਲਾਨਾ ਤਿਹਾਰ ਮੇਰਾ ਹੈ ਚੋਂਬਾ ਕਿੱਥੇ ਮਨਾਇਆ ਗਿਆ ਹਾਂਜੀ ਮੇਰਾ ਹੋ ਚੋਂਬਾ ਇਹ ਮਨਾਇਆ ਗਿਆ ਮਣੀਪੁਰ ਦੇ ਵਿੱਚ ਇਹ ਮਣੀਪੁਰ ਦਾ ਹੀ ਤਿਉਹਾਰ ਹੈ ਮੇਰਾ ਹੋਚੋਂਬਾ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣੇ ਮਣੀਪੁਰ ਦੇ ਵਿੱਚ ਮਨਾਇਆ ਗਿਆ ਮਣੀਪੁਰ ਕਾਫੀ ਹੀ ਜ਼ਿਆਦਾ ਚਰਚਾ ਦੇ ਵਿੱਚ ਚੱਲ ਰਿਹਾ ਸੀ ਥੋੜੇ ਟਾਈਮ ਤੋਂ ਤੁਹਾਨੂੰ ਵੀ ਪਤਾ ਇਸ ਕਰਕੇ ਮਣੀਪੁਰ ਦੇ ਨਾਲ ਰਿਲੇਟਿਡ ਹਰੇਕ ਫੈਕਟ ਤੁਹਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਤੇ ਹੁਣ ਆਪਾਂ ਮਣੀਪੁਰ ਦੀ ਗੱਲ ਕਰ ਰਹੀਆਂ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮਣੀਪੁਰ ਮਣੀਪੁਰ ਦੇ ਕੈਪੀਟਲ ਆ ਇਮਫਾਲ ਇਥੋਂ ਦੇ ਚੀਫ ਮਿਨਿਸਟਰ ਐਨ ਵੀ ਰੈਂਟ ਸਿੰਘ ਅਤੇ ਗਵਰਨਰ ਆ ਅਨੂਸੂਇਆ ਓਏਕੇ ਮਣੀਪੁਰ ਦੇ ਵਿੱਚ ਕਬੂਲ ਲਮਜਾਓ ਨੈਸ਼ਨਲ ਪਾਰਕ ਦਾ ਸਿਰੋਹੀ ਨੈਸ਼ਨਲ ਪਾਰਕਾ ਲੋਕਟੈਕ ਝੀਲਾ ਜਸਟਿਸ ਸਿੰਧਾਰਥ ਮਿਰਦੁਲ ਮਣੀਪੁਰ ਹਾਈ ਕੋਰਟ ਦੇ ਚੀਫ ਜਸਟਿਸ ਬਣੇ ਮਣੀਪੁਰ ਦੇ ਵਿੱਚ ਹੋਂਗਯੋਮ ਦਿਵਸ ਮਨਾਇਆ ਗਿਆ ਮਣੀਪੁਰ ਦੇ ਮੁੱਖ ਮੰਤਰੀ ਨੇ ਹੁਣ ਥਰਡਾਉ ਸੱਭਿਆਚਾਰ ਉਤਸਵ ਦਾ ਉਦਘਾਟਨ ਕੀਤਾ ਮਣੀਪੁਰ ਦੇ ਰਾਜਪਾਲ ਨੇ ਕੁਦਰਤੀ ਖੇਤੀ ਦੇ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕੀਤਾ ਮਣੀਪੁਰ ਵਿੱਚ 5 ਰੋਜ਼ਾ ਜਿਸ ਸੰਗ ਉਤਸਵ ਮਨਾਇਆ ਗਿਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਣੇ ਮਣੀਪੁਰ ਵਿੱਚ 120 ਫੁੱਟ ਉੱਚੇ ਪੋਲੋ ਸਟੈਚੂ ਦਾ ਉਦਘਾਟਨ ਕੀਤਾ ਨੈਕਸਟ ਕੁਐਸ਼ਨ ਹਾਲ ਹੀ ਹਾਲ ਹੀ ਵਿੱਚ ਵਾਰੀਅਰ ਔਨ व्हील्स 휠 ਚੇਅਰ ਟੂ ਪਦਮ ਸ਼੍ਰੀ ਕਿਤਾਬ ਕਿਸ ਨੇ ਰਿਲੀਜ਼ ਕੀਤੀ ਵਾਰੀਅਰ ਔਨ व्हील्स 휠 ਚੇਅਰ ਟੂ ਪਦਮ ਸ਼੍ਰੀ ਕਿਤਾਬ ਰਿਲੀਜ਼ ਕੀਤੀ ਆ ਜੰਮੂ ਕਸ਼ਮੀਰ ਦੇ ਲਿਊਟੇਨੈਂਟ ਗਵਰਨਰ ਮਨੋਜ ਸਿੰਘਾਣੀ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਇਹ ਜੋ ਬੁੱਕ ਦਾ ਬਾਰੀਅਰ ਔਨ व्हील्स वैल चियर टू पद्मश्री ए डॉक्टर कन्नूभाई पटेल दी जीवनी है नेक्स्ट क्वेश्चन प्रधानमंत्री मोदी ने हाल ही ਵਿੱਚ ਰਾਸ਼ਟਰੀ ਖੇਡਾਂ ਦੇ 37ਵੇਂ ਸੰਸਕਰਨ ਦਾ ਉਦਘਾਟਨ ਕਿੱਥੇ ਕੀਤਾ ਹੈ ਹਾਂਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਰਾਸ਼ਟਰੀ ਖੇਡਾਂ ਦੇ 37ਵੇਂ ਸੰਸਕਰਨ ਦਾ ਉਦਘਾਟਨ ਗੋਆ ਦੀ ਕੈਪੀਟਲ ਪੰਜੀ ਦੇ ਵਿੱਚ ਕੀਤਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣ ਗੋਆ ਦੇ ਪੰਜੀ ਦੇ ਵਿੱਚ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਗੋਆ ਗੋਆ ਦੀ ਕੈਪੀਟਲ ਕੀ ਆ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਗੋਆ ਦੀ ਕੈਪੀਟਲ ਆ ਪਨਜੀ ਇਥੋਂ ਦੇ ਚੀਫ ਮਿਨਿਸਟਰ ਆ ਪ੍ਰਮੋਦ ਸਾਬੰਤ ਅਤੇ ਗਵਰਨਰ ਆ ਪੀ ਐਸ ਸ੍ਰੀ ਤਰਣ ਪਿੱਲੇ ਗੋਆ ਦੇ ਵਿੱਚ ਭਗਵਾਨ ਮਹਾਵੀਰ ਸੈਂਚੂਰੀ ਆ ਮੋਲੇਮ ਨੈਸ਼ਨਲ ਪਾਇਰਕਾ ਬੌਂਡਲਾ ਵਾਈਲਡਲਾਈਫ ਸੈਂਚੂਰੀ ਆ ਸਲੀਮ ਅਲੀ ਵਾਈਲਡਲਾਈਫ ਸੈਂਚੂਰੀ ਆ ਨੇਤਰਾਵਲੀ ਵਾਈਲਡਲਾਈਫ ਸੈਂਚੂਰੀ ਆ ਕੋਟੀਗਾਉਂ ਵਾਈਲਡਲਾਈਫ ਸੈਂਚੂਰੀ ਆ ਮਦੇਈ ਵਾਈਲਡਲਾਈਫ ਸੈਂਚਰੀ ਆ ਗੋਆ ਸਥਾਪਨਾ ਦਿਵਸ ਹਰ ਸਾਲ 3 ਮਈ ਨੂੰ ਮਨਾਇਆ ਜਾਂਦਾ ਤੇ ਗੋਆ ਮੁਕਤੀ ਦਿਵਸ ਜਾਨੀ ਕਿ ਲਿਬਰੇਸ਼ਨ ਡੇ ਹਰ ਸਾਲ 19 ਦਸੰਬਰ ਨੂੰ ਮਨਾਇਆ ਜਾਂਦਾ ਕਿਉਂਕਿ ਗੋਆ 19 ਦਸੰਬਰ 1961 ਨੂੰ ਪੁਰਤਗਾਲੀਆਂ ਤੋਂ ਮੁਕਤ ਹੋਇਆ ਸੀ ਭਾਰਤ ਦਾ ਪਹਿਲਾ ਲਾਈਟ ਹਾਊਸ ਤੇ ਹਾਰ ਗੋਆ ਵਿੱਚ ਹੋਇਆ ਗੋਆ ਸਰਕਾਰ ਨੇ ਆਪਣੇ ਸਰਕਾਰੀ ਹਸਪਤਾਲਾਂ ਦੇ ਵਿੱਚ ਆਈਵੀਐਫ ਇਲਾਜ ਮੁਫਤ ਕੀਤਾ ਗੋਆ ਦੇ ਮੁੱਖ ਮੰਤਰੀ ਨੇ ਮੇ ਐਮ ਪਿੰਡ ਦੇ ਜੈਬ ਪਿੰਟ ਐਟਲਸ ਦਾ ਉਦਘਾਟਨ ਕੀਤਾ ਗੋਆ ਦੁਨੀਆ ਦੇ ਸਭ ਤੋਂ ਵੱਡੇ ਰਾਸ਼ਟਰੀ ਪੁਰਸ਼ ਮੁਕਾਬਲੇ ਦੀ ਮੇਜ਼ਬਾਨੀ ਕਰੇਗਾ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਏਡੀਬੀ ਨੇ ਕਿਸ ਦੇਸ਼ ਨੂੰ 400 ਮਿਲੀਅਨ ਡਾਲਰ ਦੀ ਨੀਤੀ ਆਧਾਰਿਤ ਕਰਜ਼ਾ ਮਨਜ਼ੂਰ ਕੀਤਾ ਹੈ ਹਾਂਜੀ ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਆਪਣੇ ਦੇਸ਼ ਭਾਰਤ ਨੂੰ 400 ਮਿਲੀਅਨ ਡਾਲਰ ਦੀ ਨੀਤੀ ਆਧਾਰਿਤ ਕਰਜ਼ਾ ਮਨਜ਼ੂਰ ਕੀਤਾ অপਸ਼ਨ ਨੰਬਰ B ਇਜ਼ ਦਾ ਰਾਈਟ ਆਂਸਰ ਤੁਸੀਂ ਧਿਆਨ ਦੇ ਵਿੱਚ ਰੱਖਣਾ ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਭਾਰਤ ਨੂੰ 400 ਮਿਲੀਅਨ ਡਾਲਰ ਦਾ ਕਰਜ਼ਾ ਮਨਜ਼ੂਰ ਕੀਤਾ ਹੁਣ ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਕੀਤਾ ਤਾਂ ਇਸ ਦੀ ਸਥਾਪਨਾ ਕਦੋਂ ਹੋਈ ਸੀ 1968 ਦੇ ਵਿੱਚ ਇਸ ਦਾ ਹੈੱਡਕ quartਰ ਫਿਲੀਪਿਨਸ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਜ਼ ਦੇ ਪ੍ਰੈਜ਼ੀਡੈਂਟ ਆ ਮਤਸਕਾ ਸੁਕੂ ਅਤਸਵਾ ਤੇ ਹੁਣੇ ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਕਰਜ਼ੇ ਦੀ ਮਨਜ਼ੂਰੀ ਭਾਰਤ ਨੂੰ ਦਿੱਤੀ ਆ ਤਾਂ ਭਾਰਤ ਦੀ ਕੈਪੀਟਲ ਕਿ ਹੈ ਨਵੀਂ ਦਿੱਲੀ ਤੇ ਭਾਰਤ ਦੇ ਚੀਫ ਪ੍ਰਧਾਨ ਮੰਤਰੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਰਾਸ਼ਟਰਪਤੀ ਆ ਦ੍ਰੋਪਦੀ ਮੁਰਮੂ ਜੀ ਭਾਰਤ ਨੂੰ ਲਗਾਤਾਰ ਤੀਜੀ ਵਾਰ ਏ ਆਈ ਡੀਬੀ ਏ ਆਈ ਵੀ ਡੀ ਦਾ ਪ੍ਰਧਾਨ ਚੁਣਿਆ ਗਿਆ ਭਾਰਤ ਆਈ ਸੀ ਸੀ ਦੇ ਤਿੰਨੋਂ ਫਾਰਮੈਟਾਂ ਵਿੱਚ ਨੰਬਰ 1 ਬਣਿਆ ਭਾਰਤ ਲਗਾਤਾਰ 6ਵੇਂ ਮਹੀਨੇ ਉੱਭਰਦੇ ਬਾਜ਼ਾਰਾਂ ਵਿੱਚ ਟੌਪ ਦੇ ਰਿਹਾ ਭਾਰਤੀ ਕਰੋਜਾ ਇਤਿਹਾਸ ਵਿੱਚ 3000 ਸ਼ੱਕੇ ਮਾਰਨ ਵਾਲੀ ਦੁਨੀਆ ਦੀ ਪਹਿਲੀ ਕ੍ਰਿਕਟ ਟੀਮ ਭਾਰਤ ਦੀ ਬਣੀ ਜਾਨੀ ਕਿ ਵਨ ਡੇ ਇੰਟਰਨੈਸ਼ਨਲ ਦੇ ਵਿੱਚ 3000 ਸ਼ੱਕੇ ਮਾਰਨ ਵਾਲੀ ਦੁਨੀਆ ਦੀ ਪਹਿਲੀ ਟੀਮ ਬਣੀਆ ਭਾਰਤੀ ਟੀਮ ਭਾਰਤ ਨੇ 8ਵੀਂ ਵਾਰ ਏਸ਼ੀਆ ਕਪ ਦਾ ਖਿਤਾਬ ਜਿੱਤਿਆ ਭਾਰਤ ਨੇ ਇੰਟਰੈਕਟਿਵ ਭੁਗਤਾਨਾਂ ਲਈ ਹੈਲੋ ਯੂਪੀਆਈ ਦੀ ਸ਼ੁਰੂਆਤ ਕੀਤੀ ਨੈਕਸਟ ਕੁਐਸ਼ਨ ਡਾਰਕ ਪੈਟਰਨ ਬਸਟਰ ਹੈਕਾਥਨ 2023 ਹਾਲ ਹੀ ਵਿੱਚ ਕਿੱਥੇ ਸ਼ੁਰੂ ਹੋਇਆ ਡਾਰਕ ਪੈਟਰਨ ਬਾਸਟਰ ਹੈਕਾਥਨ 2023 ਇਹ ਰੀਸੈਂਟਲੀ ਨਵੀਂ ਦਿੱਲੀ ਦੇ ਵਿੱਚ ਸ਼ੁਰੂ ਹੋਇਆ ਆਪਸ਼ਨ A ਇਜ਼ ਦਾ ਰਾਈਟ ਆਨਸਰ ਅਸਲ ਦੇ ਵਿੱਚ ਉਪਭੋਗਤਾ ਮੰਤਰਾਲੇ ਨੇ ਕਮਰਸ ਈ-ਕਮਰਸ ਪਲੇਟਫਾਰਮ ਦੁਆਰਾ ਕੀਤੇ ਜਾਣ ਵਾਲੇ ਅਨੁਚਿਤ ਤੌਰ ਤਰੀਕੇ ਨੂੰ ਰੋਕਣ ਦੇ ਲਈ ਡਾਰਕ ਪੈਟਰਨ ਬਾਸਟਰ ਹੈਕਾਥਨ 2023 ਦਾ ਨਵੀਂ ਦਿੱਲੀ ਦੇ ਵਿੱਚ ਸ਼ੁਰੂ ਕੀਤਾ ਵਾ ਨੈਕਸਟ ਕੁਐਸਚਨ हाल ही ਵਿੱਚ 16ਵੀਂ अर्बन मोबिलिटी इंडिया कॉन्फ्रेंस ਦਾ ਉਦਘਾਟਨ ਕਿਸ ਨੇ ਕੀਤਾ ਹਾਂਜੀ 16ਵੀਂ अर्बन मोबिलिटी इंडिया कॉन्फ्रेंस ਦਾ ਉਦਘਾਟਨ ਹਰਦੀਪ ਸਿੰਘ ਪੁਰੀ ਨੇ ਕੀਤਾ ਕੇਂਦਰੀ ਮੰਤਰੀ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਕਿਹੜਾ ਦੇਸ਼ ਹਾਲ ਹੀ ਵਿੱਚ ਜੰਗਲ ਦੀ ਅੱਗ ਅਤੇ ਪ੍ਰਮਾਣਿਕरण ਬਾਰੇ ਸੰਜੋਗਤ ਰਾਸ਼ਟਰ ਫਰਮ ਦੀ ਮੇਜ਼ਬਾਨੀ ਕਰ ਰਿਹਾ ਹਾਂਜੀ ਜੰਗਲ ਦੀ ਅੱਗ ਅਤੇ ਪ੍ਰਮਾਣਿਕरण ਬਾਰੇ ਸੰਯੁਕਤ ਰਾਸ਼ਟਰ ਫਰਮ ਦੇ ਮੇਜ਼ਬਾਨੀ ਸਾਡਾ ਦੇਸ਼ ਭਾਰਤ ਉੱਤਰਾਖੰਡ ਦੇ ਫੋਰੈਸਟ ਰਿਸਰਚ ਇੰਸਟੀਚਿਊਟ ਦੇ ਵਿੱਚ ਕਰ ਰਿਹਾ ਆਪਸ਼ਨ ਨੰਬਰ ਬੀ ਇਜ਼ ਆ ਰਾਈਟ ਆਨਸਰ ਨੈਕਸਟ ਕੁਐਸ਼ਨ ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਜਪੀ ਮੁੱਖ ਮੰਤਰੀ ਪ੍ਰਤੀਵਾ ਵਿਕਾਸ ਯੋਜਨਾ ਸ਼ੁਰੂ ਕੀਤੀ ਹਾਂਜੀ ਰੀਸੈਂਟਲੀ ਦਿੱਲੀ ਦੇ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਨੇ ਐਸਸੀ ਐਸਟੀ ਓਬੀਸੀ AWS ਸਟੂਡੈਂਟਸ ਨੂੰ ਸਕਾਲਰਸ਼ਿਪ ਦੇਣ ਦੇ ਲਈ ਜੈਪੀ ਮੁੱਖ ਮੰਤਰੀ ਪ੍ਰਤਿਵਾ ਵਿਕਾਸ ਯੋਜਨਾ ਸ਼ੁਰੂ ਕੀਤੀ ਆਪਸ਼ਨ ਨੰਬਰ 6 ਇਸ ਆ ਰਾਈਟ ਆਨਸਰ ਹੁਣ ਦਿੱਲੀ ਦੀ ਗੱਲ ਹੋ ਰਹੀ ਆ ਤਾਂ ਦਿੱਲੀ ਦੀ ਕੈਪੀਟਲ ਕੀ ਆ ਨਵੀਂ ਦਿੱਲੀ ਠੀਕ ਹੈ ਨਵੀਂ ਦਿੱਲੀ ਜਾਂ ਦਿੱਲੀ ਕਹਿ ਲਓ ਠੀਕ ਹੈ ਨਵੀਂ ਦਿੱਲੀ ਹੋਈ ਆ ਵੈਸੇ ਤਾਂ ਤੁਹਾਨੂੰ ਪਤਾ ਹੈ ਤੇ ਨਵੀਂ ਦਿੱਲੀ ਦੀ ਕੈਪੀਟਲ ਵੀ ਨਵੀਂ ਦਿੱਲੀ ਹੋਈ ਆ ਇਥੋਂ ਦੇ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਅਤੇ ਲਿਊਟੇਨੈਂਟ ਗਵਰਨਰਾ ਵਿਨੇਕ ਕੁਮਾਰ ਸੁਖਸੈਨਾ ਦੁਨੀਆ ਦੀ ਸਭ ਤੋਂ ਉੱਚੀ ਨਟਰਾਜ ਦੀ ਮੂਰਤੀ ਦਿੱਲੀ ਦੇ ਵਿੱਚ ਸਥਾਪਿਤ ਕੀਤੀ ਗਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਨਵੀਂ ਦਿੱਲੀ ਦੇ ਰਾਜਕਾਟ ਵਿਖੇ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ ਕੀਤਾ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਨਵੀਂ ਦਿੱਲੀ ਭਾਰਤ ਵਿੱਚ ਦੁਨੀਆ ਦੀ ਪਹਿਲੀ 100% ਇਥਨੋਲ ਕਾਰ ਲਾਂਚ ਕੀਤੀ ਦਿੱਲੀ ਸਰਕਾਰ ਨੇ ਕਲਾਸਾਂ ਵਿੱਚ ਮੋਬਾਈਲ ਫੋਨ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਨੈਕਸਟ ਪੋਜੀਸ਼ਨ ਕੇਸ ਨੇ ਹਾਲ ਹੀ ਵਿੱਚ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਡਾਇਰੈਕਟਰ ਜਨਰਲ ਦਾ ਐਡੀਸ਼ਨਲ ਚਾਰਜ ਲਿਆ ਹੈ ਹਾਂਜੀ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਡਾਇਰੈਕਟਰ ਜਨਰਲ ਦਾ ਐਡੀਸ਼ਨਲ ਚਾਰਜ ਲਿਆਵਾ ਇਹ ਲਿਆਵਾ ਜੀ ਕਿੰਨਣ ਲਿਆ ਆਰ ਆਰ ਸਵੈਨ ਨੇ অপਸ਼ਨ ਨੰਬਰ ਬੀ ਇਜ਼ ਅ ਰਾਈਟ ਆਨਸਰ ਆਈ ਪੀ ਐਸ ਆਫੀਸਰ ਆਹੀ ਠੀਕ ਹੈ ਆਰ ਆਰ ਸਵੈਨ ਤੇ ਇਹਨਾਂ ਨੇ ਹੀ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਡਾਇਰੈਕਟਰ ਜਨਰਲ ਦਾ ਆਨ ਦਾ ਸੰਭਾਲ ਲਿਆ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਅਸ਼ੋਕ ਵਾਸ਼ਵਾਨੀ ਕੋਟਕ ਮਹਿੰਦਰਾ ਬੈਂਕ ਦੇ ਐਮ ਡੀ ਅਤੇ ਸੀਈਓ ਬਣੇ ਸੰਜੇ ਕੁਮਾਰ ਜੈਨ ਨੂੰ ਆਈਆਰਸੀਟੀਸੀ ਦਾ ਸੀਐਨਡੀ ਚੁਣਿਆ ਗਿਆ। ਰਾਜਸਥਾਨ ਰਾਇਲਜ਼ ਨੇ ਸੈਨ ਵਾਨ ਨੂੰ ਸਹਾਇਕ ਕੋਚ ਨਿਯੁਕਤ ਕੀਤਾ। 파ਸ਼ਾ ਪਟੇਲ ਨੂੰ ਰਾਜ ਖੇਤੀਬਾੜੀ ਮੌਲ ਕਮਿਸ਼ਨ ਦਾ ਚੇਅਰਮੈਨ ਚੁਣਿਆ ਗਿਆ। ਸੰਜੇ ਕੁਲ ਸ੍ਰੇਸ਼ਟ ਹੁਡਕੋ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਬਣੇ। ਨੈਕਸਟ ਕੁਐਸਚਨ ਹੈ Jio मामी ਫਿਲਮ ਫੈਸਟੀਵਲ 2023 ਹਾਲ ਹੀ ਵਿੱਚ ਕਿੱਥੇ ਸ਼ੁਰੂ ਹੋਵੇਗਾ? Jio मामी ਫਿਲਮ ਫੈਸਟੀਵਲ 2023 ਰੀਸੈਂਟਲੀ ਨਵੀਂ ਦਿੱਲੀ ਦੇ ਵਿੱਚ ਸ਼ੁਰੂ ਹੋਵੇਗਾ অপশন B ਇਜ਼ ਅ রাইਟ ਆਨਸਰ ਸੌਰੀ 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 ਇੱਥੇ ਬਾਈ ਮਿਸਟੇਕ ਨਵੀਂ ਦਿੱਲੀ ਬੋਲਤਾ ਮੈਂ ਮੁੰਬਈ ਮੁੰਬਈ ਦੇ ਵਿੱਚ ਸ਼ੁਰੂ ਹੋਵੇਗਾ ਜੀਓ ਮਾਮੀ ਫਿਲਮ ਫੈਸਟੀਵਲ 2023 ਤੇ ਇਸ ਫੈਸਟੀਵਲ ਦੀ ਮੇਜ਼ਬਾਨੀ ਪ੍ਰਿਯੰਕਾ ਚੋਪੜਾ ਤੇ ঈਸ਼ਾ ਅੰਬਾਨੀ ਮਿਲ ਕੇ ਕਰਨਗੇ ਨੈਕਸਟ ਕੁਐਸਚਨ ਹਾਲ ਹੀ ਵਿੱਚ ਕਿਸ ਰਾਜ ਦੇ ਮੁੱਖ ਮੰਤਰੀ ਨੇ ਸਵੈਮਪੂਰਣਾ ਈ-ਮਾਰਕੀਟ ਲਾਂਚ ਕੀਤਾ हां जी रिसेंटली गोवा ਦੇ ਮੱਖ ਮੰਤਰੀ ਪ੍ਰਮੋਦ ਸਾਬੰਤ ਨੇ ਸਵੈਮ ਪੂਰਨਾ ਇਹ ਮਾਰਕੀਟ ਲਾਂਚ ਕੀਤਾ অপਸ਼ਨ ਨੰਬਰ B ਇਸ ਆ ਰਾਈਟ ਆਨਸਰ Goa हां जी ਇਸ ਦੇ ਨਾਲ ساری ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ